ਇਹ ਜਿਹੜਾ ਪੁਲਿਸ ਨੇ ਗੁਰਮੀਤ ਸਿੰਘ ਨੂੰ ਫੇਕ ਕਾਊਂਟਰ ਇੱਕ ਫੜ ਕੇ ਮਾਰ ਦੇਣਾ, ਅਸੀਂ ਸਮਝਦੇ ਸੀਗੇ ਕਿ ਇਹ ਰਵਾਇਤ ਹੁਣ ਚਲੀ ਗਈ ਹੈ। ਜਦੋਂ ਸਿੱਖਾਂ ਦਾ ਆਜ਼ਾਦੀ ਦਾ ਯੁੱਧ ਸੀ ਉਦੋਂ ਫੜ ਕੇ ਸਿੱਖਾਂ ਨੂੰ ਮਾਰਿਆ ਜਾਂਦਾ ਸੀਗਾ, ਪਰ ਜਿਹੜੇ ਗੁਰਮੀਤ ਸਿੰਘ ਕਾਲਾ ਸੀਗੇ ਉਹਨਾਂ ਦਾ ਨਾਂ ਤਾਂ ਗੈਂਗਸਟਰਸ ਦੇ ਵਿੱਚ ਸੀਗਾ। ਪਰ ਮੈਂ ਇਸੇ ਘਰ ਬਹੁਤ ਵਾਰੀ ਆਇਆ ਅਤੇ ਇੱਕ ਵਾਰੀ ਮੈਨੂੰ ਬੁਲਾਇਆ ਗਿਆ ਸੀ ਜਦੋਂ ਗੁਰਮੀਤ ਸਿੰਘ ਨੇ ਇੱਥੇ ਬਲੱਡ ਕੈਂਪ ਕੀਤਾ ਸੀਗਾ। ਦੂਸਰੀ ਗੱਲ ਹੈ ਕਿ ਗੁਰਮੀਤ ਸਿੰਘ ਨਸ਼ਿਆਂ ਦੇ ਬਿਲਕੁਲ ਖਿਲਾਫ ਹੋ ਗਿਆ ਸੀਗਾ ਔਰ ਇਹਦੀ ਕੋਸ਼ਿਸ਼ ਸੀਗੀ ਕਿ ਪਿੰਡ ਪਿੰਡ ਜਾ ਕੇ ਜਿਹੜੇ ਨਸ਼ੇ ਹੈ, ਜਿਵੇਂ ਸਾਡਾ ਭਾਈ ਝੋਟਾ ਹੈਗਾ, ਇਹ ਸਾਰੇ ਇੱਕ ਮੰਚ ਦੇ ਉੱਤੇ ਖੜ੍ਹੇ ਹੋ ਗਏ ਸੀਗੇ ਕਿ ਅਸੀਂ ਨਸ਼ੇ ਨੂੰ ਬੰਦ ਕਰਨਾ। ਪਰ ਦੂਜੇ ਪਾਸੇ ਝੋਟੇ ਨੂੰ ਵੀ ਪੁਲਿਸ ਨੇ ਬਹੁਤ ਤੰਗ ਕੀਤਾ, ਫੜ ਕੇ ਜੇਲ੍ਹ 'ਚ ਵੀ ਦੇ ਦਿੱਤਾ। ਮੈਨੂੰ ਸਮਝ ਨਹੀਂ ਕਿ ਸਰਕਾਰ ਨਸ਼ਿਆਂ ਨੂੰ ਰੋਕਣਾ ਚਾਹੁੰਦੀ ਹੈ ਹੈਰਨ ਨੂੰ, ਜਾਂ ਇਹ ਸਭ ਦਾ ਵਾ ਚਾਹੁੰਦੀ ਹੈ। ਗੁਰਮੀਤ ਸਿੰਘ ਨੂੰ ਫੜ ਕੇ ਇੱਕ ਇਨਕਾਊਂਟਰ ਦੇ ਵਿੱਚ ਮਾਰ ਦੇਣਾ, ਮੈਂ ਸਮਝਦਾ ਕਿ ਇਹ ਰਵਾਇਤ, ਇਹ ਜਿਹੜੀ ਇੰਡੀਆ ਦੇ ਵਿੱਚ ਹਿੰਦੁੱਤਵਾਦੀ ਸਰਕਾਰ ਦੇ ਵਿੱਚ ਇਹ ਬੇਰਹਿਮੀ ਫੈਲ ਗਈ ਹੈ, ਇਸ ਨੂੰ ਖਤਮ ਕਰਨਾ ਪਊਗਾ। ਕਿਉਂ ਕਰਕੇ ਹੁਣ ਸਾਫ ਜ਼ਾਹਰ ਹੋ ਗਿਆ ਕਿ ਇੰਡੀਆ ਦੀਆਂ ਖੁਫੀਆ ਏਜੰਸੀਆਂ ਨੇ ਬਾਹਰ ਦੇ ਮੁਲਕਾਂ ਦੇ ਵਿੱਚ, ਕੈਨੇਡਾ ਦੇ ਵਿੱਚ ਹਰਦੀਪ ਸਿੰਘ ਸਿੱਧੂ ਨੂੰ, ਫਿਰ ਮਲਕ ਨੂੰ ਅਤੇ ਸੁਖਦੂਲ ਸਿੰਘ ਨੂੰ ਉੱਥੇ ਸ਼ਹੀਦ ਕਰ ਦਿੱਤਾ ਔਰ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਨੂੰ ਕਤਲ ਕੀਤਾ। ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਅਤੇ ਰੋਡੇ ਲਖਬੀਰ ਸਿੰਘ ਨੂੰ ਕਤਲ ਕੀਤਾ। ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਅਤੇ ਸਾਡੇ ਪੰਜਾਬ ਦੇ ਵਿੱਚ ਮੂਸੇਵਾਲ ਸਾਹਿਬ ਨੂੰ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਹੁਣ ਇੰਡੀਆ ਦੀ ਸੱਜੇ ਪੱਖੀ ਹਿੰਦੁੱਤਵਾ ਸਰਕਾਰ ਮੋਦੀ ਦੀ ਇਹ ਸਿੱਧਾ ਕਤਲ ਕਰਾਉਣ ਲੱਗ ਪਈ ਹੈ। ਇਸ ਤੋਂ ਪਹਿਲਾਂ ਹੁਣੇ ਹੁਣ ਜੰਡਿਆਲੇ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਦੇ ਇਨਕਾਊਂਟਰ ਝੂਠੇ ਦੇ ਵਿੱਚ ਮਾਰਿਆ ਗਿਆ। ਫਿਰ ਤਰਨ ਤਾਰਨ ਸਾਹਿਬ ਦੇ ਇਲਾਕੇ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ। ਫਿਰ ਫਿਰੋਜ਼ਪੁਰ ਦੀ ਤਲਵੰਡੀ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਫੜ ਕੇ ਮਾਰ ਦਿੱਤਾ ਹੈਗਾ। ਔਰ ਜਿਹੜਾ ਬਾਰਡਰ ਹੈ ਉੱਥੇ ਵੀ ਜਿਹੜੀ BSF ਲੱਗੀ ਹੈ, ਜਦੋਂ ਕੋਈ ਇੱਧਰ ਇੰਡੀਆ ਨੂੰ ਆਉਂਦਾ ਪਾਕਿਸਤਾਨ ਕੰਨੀਓ,
ਉਹ ਸਰੈਂਡਰ ਕਰਦਾ, ਹੱਥ ਉੱਤੇ ਚੱਕ ਦਿੰਦਾ, ਪਰ ਤਾਂ ਵੀ BSF ਉਹਨਾਂ ਨੂੰ ਮਾਰ ਦਿੰਦੀ ਹੈ। ਇਹਦੇ ਬਾਰੇ ਅਸੀਂ FIRਾਂ ਵੀ ਦਰਜ ਕਰਵਾਈਆਂ ਹੈਗੀਆਂ। ਸੋ ਜਿਹੜੇ ਮੁਲਕ ਦੇ ਵਿੱਚ ਇਸ ਤਰ੍ਹਾਂ ਫੜ ਫੜ ਕੇ ਬੰਦੇ ਮਾਰਨੇ ਸ਼ੁਰੂ ਕਰ ਦੇਣ, ਖਾਸ ਕਰਕੇ ਘੱਟ ਗਿਣਤੀ ਦੇ, ਤਾਂ ਫਿਰ ਉਹੋ ਜਿਹਾ ਮਾਹੌਲ ਪੈਦਾ ਹੋ ਜਾਂਦਾ ਕਿ ਹੁਣ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ, ਅਤੇ ਸੈਂਕੜਿਆਂ ਦੇ ਹਿਸਾਬ ਦੇ ਵਿੱਚ ਸਾਡੇ ਨੌਜਵਾਨ ਬੱਚੇ ਬਾਹਰ ਦੇ ਮੁਲਕਾਂ 'ਚ ਜਾ ਰਹੇ ਹੈ, ਕਿਉਂ ਕਰਕੇ ਉਹ ਸਮਝਦੇ ਹੈ ਕਿ ਸਾਡੀ ਜ਼ਿੰਦਗੀ ਇੱਥੇ ਸੁਰੱਖਿਅਤ ਨਹੀਂ ਹੈ। ਸਾਡੀ ਮੰਗ ਹੈ ਕਿ ਇਹ ਜਿਹੜਾ ਕਤਲ ਕੀਤਾ ਗਿਆ ਝੂਠਾ ਇਨਕਾਊਂਟਰ ਗੁਰਮੀਤ ਸਿੰਘ ਦਾ, ਇਹਦੀ ਜੁਡੀਸ਼ਲ ਇਨਕੁਆਇਰੀ ਹੋਵੇ, ਜਿਹਦੇ ਨਾਲ ਸਾਡੇ 'ਤੇ ਵਿਸ਼ਵਾਸ ਵਧੇ ਕਿ ਇਹ ਸਹੀ ਇਨਕਾਊਂਟਰ ਹੈ ਕਿ ਇਹਨੂੰ ਫੜ ਕੇ ਮਾਰਿਆ ਗਿਆ। ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ ਬਤੌਰ ਮੈਂਬਰ ਪਾਰਲੀਮੈਂਟ ਇਸ ਇਲਾਕੇ ਦੀ, ਪੁਲਿਸ ਨੇ ਇਸ ਨੂੰ ਪਹਿਲਾਂ ਕਾਬੂ ਕਰ ਲਿਆ ਸੀਗਾ, ਤਾਂ ਫਿਰ ਉਸ ਤੋਂ ਬਾਅਦ ਇਸ ਨੂੰ ਮਾਰਿਆ। ਮੇਰੇ ਕੋਲ ਇਹ ਵੀ ਇਤਲਾਹ ਹੈ ਕਿ ਜਦੋਂ ਇਹ ਘੇਰੇ 'ਚ ਆ ਗਿਆ ਗੁਰਮੀਤ ਸਿੰਘ, ਤਾਂ ਇਹਨੇ ਹੱਥ ਚੱਕਦੇ ਸੀਗੇ ਕਿ ਮੈਂ ਸਰੈਂਡਰ ਕਰਦਾ। ਬਾਵਜੂਦ ਉਸ ਦੇ ਪੁਲਿਸ ਨੇ ਕਾਇਰਤਾ ਦਿਖਾਈ ਹੈ ਕਿ ਇਸ ਬੰਦਾ ਜਿਹੜਾ ਅੱਗੇ ਸਰੈਂਡਰ ਕਰਨ ਲੱਗਿਆ ਉਹਨੂੰ ਗੋਲੀਆਂ ਦੇ ਨਾਲ ਭੁੰਨ ਕੇ ਮਾਰ ਦਿੱਤਾ ਗਿਆ। ਸੋ ਅਸੀਂ ਸਿੱਖ ਹੈ ਜਿਹੜੇ, ਅਸੀਂ ਸਮਝਦੇ ਹਾਂ ਕਿ ਸਾਡੀ ਸੁਰੱਖਿਆ ਹੁਣ ਬੜੇ ਖਤਰੇ ਦੇ ਵਿੱਚ ਹੈ, ਅਤੇ ਕਿਸੇ ਵੇਲੇ ਵੀ ਸਾਨੂੰ ਮਾਰ ਦਿੱਤਾ ਜਾ ਸਕਦਾ ਹੈਗਾ। ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਨੂੰ ਡਰ ਨਹੀਂ ਲੱਗਦਾ ਹੈਗਾ ਜੇ ਮੈਨੂੰ ਮਾਰ ਦੇਣਗੇ, ਕਿਉਂ ਕਰਕੇ ਜੇ ਮਾਰ ਦੇਣਗੇ ਤਾਂ ਫਿਰ ਖਾਲਿਸਤਾਨ ਦੀ ਮੰਜ਼ਿਲ ਨੇੜੇ ਆ ਜੂਗੀ। ਸੋ ਮੈਨੂੰ ਆਪਣਾ ਡਰ ਮੋਦੀ ਸਾਹਿਬ ਅਮਿਤ ਸ਼ਾਹ ਜੀ ਬਿਲਕੁਲ ਨਹੀਂ ਹੈ। ਇਹਦਾ ਅਸਰ ਗਲਤ ਪਊਗਾ ਜੇ ਤੁਸੀਂ ਇਸ ਤਰ੍ਹਾਂ ਦੇ ਕੰਮ ਕੀਤੇ, ਤਾਂ ਫਿਰ ਸਿੱਖ ਜਿਹੜੇ ਹੈਗੇ ਆ ਇਹ ਭੁੱਲਦੇ ਨਹੀਂ। ਇਹ ਫਿਰ ਤੁਸੀਂ ਵੀ ਸਮਝ ਲਓ ਕਿ ਤੁਹਾਡੀ ਸੁਰੱਖਿਆ ਵਧਾਉਣੀ ਪਊਗੀ ਅਤੇ ਤੁਹਾਨੂੰ ਬਾਹਰ ਨਹੀਂ ਨਿਕਲਣ ਦੇਣਾ, ਕਿਉਂ ਕਰਕੇ ਇਹੋ ਜਿਹੇ ਕਤਲ ਜਿਵੇਂ ਹੁਣ ਭਗਵੰਤ ਸਿੰਘ ਮਾਨ ਵੀ ਉਸੇ ਲੀਹ ਦੇ ਉੱਤੇ ਚੱਲ ਪਏ ਹੈ, ਤਾਂ ਮੈਨੂੰ ਲੱਗਦਾ ਹੈਗਾ ਕਿ ਇਹੋ ਜਿਹੀ ਸਰਕਾਰ ਜਿਹੜੀ ਆਪਣੇ ਬੱਚਿਆਂ ਨੂੰ ਜਿਵੇਂ ਸੱਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ, ਇਹ ਉਹੋ ਜਿਹੀ ਸਰਕਾਰ ਬਣ ਗਈ ਹੈ ਜਿਹੜੀ ਬੇਰਹਿਮੀ ਦੇ ਨਾਲ ਸਾਡੇ ਨੌਜਵਾਨ ਬੱਚਿਆਂ ਨੂੰ ਮਾਰ ਰਹੀ ਹੈ। ਮੈਂ ਗੁਰਮੀਤ ਸਿੰਘ ਦੇ ਪਾਪਾ ਜੀ ਨੂੰ ਵੀ ਮਿਲਿਆ, ਮਾਮਾ ਨੂੰ ਵੀ ਮਿਲਿਆ, ਉਹਨਾਂ ਦੇ ਘਰ ਵਾਲਿਆਂ ਨੂੰ ਵੀ ਮਿਲਿਆ, ਅਤੇ ਉਹਨਾਂ ਦੀ ਇਕਲੌਤੀ ਧੀ ਜਿਹੜੀ ਇਹ ਬੈਂਗਲੋਰ ਪੜ੍ਹ ਰਹੀ ਸੀ ਉਹ ਵੀ ਆ ਗਈ ਹੈ, ਉਹਨੂੰ ਵੀ ਮਿਲਿਆ ਹੋਇਆ। ਔਰ ਸਾਰੇ ਤੁਸੀਂ ਦੇਖਿਓ ਇੱਥੇ ਜਿੰਨੇ ਵੀ ਆਪਣੇ ਸ਼ਹਿਰ ਦੇ ਨਾਗਰਿਕ ਹੈਗੇ ਹੈ ਬੈਠੇ ਹੋਏ ਹੈ, ਅਤੇ ਬੜੇ ਅਫਸੋਸ ਦੇ ਵਿੱਚ ਹੈਗੇ ਹੈ। ਸੋ ਮੈਂ ਚਾਹੁੰਦਾ ਕਿ ਹਾਈ ਕੋਰਟ ਦੇ ਵਿੱਚ ਰਿੱਟ ਹੋਵੇ ਅਤੇ ਇਹਦੀ ਜੁਡੀਸ਼ਲ ਇਨਕੁਆਇਰੀ ਇਸ ਫੇਕ ਇਨਕਾਊਂਟਰ ਦੀ ਹੋਵੇ।
ਸਰ ਪਰਿਵਾਰ ਦੁਬਾਰਾ ਪੋਸਟਮਾਸਟਰ ਦੀ ਮੰਗ ਕਰ ਰਿਹਾ ਕਿ ਮੈਡੀਕਲ ਕਾਲਜ ਤੋਂ ਕੀਤਾ ਜਾਵੇ, ਕਿਵੇਂ ਲੱਗਦਾ ਜੀ ਇਹ ਮੰਗ? ਬਿਲਕੁਲ ਜਾਇਜ਼ ਹੈ, ਕਿਉਂ ਕਰਕੇ ਉਹ ਸਮਝਦੇ ਹੈ ਕਿ ਨਾਜਾਇਜ਼ ਉਹਦੇ ਨਾਲ ਹੋਇਆ, ਕਿਉਂ ਕਰਕੇ ਉਹਨੇ ਹੱਥ ਉੱਤੇ ਚੱਕ ਦਿੱਤੇ ਸੀਗੇ, ਉਸ ਤੋਂ ਮਗਰੋਂ ਉਹਨੂੰ ਇਹ ਸ਼ਹੀਦ ਕੀਤਾ ਗਿਆ। ਇਹ ਬਿਲਕੁਲ ਜਾਇਜ਼ ਡਿਮਾਂਡ ਹੈ ਉਹਨਾਂ ਦੀ। ਲੱਗਦਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਹੈ, ਪਰਿਵਾਰ ਦਾ ਸਾਥ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਜਾਂ ਇਸ ਕੇਸ ਨੂੰ ਲੜਨ ਲਈ ਅੱਗੇ ਵੱਧ ਸਕਦੀ ਹੈ? ਹਾਂਜੀ, ਅੱਗੇ ਕਰਨਗੇ ਅਸੀਂ ਜ਼ਰੂਰ ਇਹਨਾਂ ਦੇ। ਅੱਜ ਵੀ ਇਸ ਕਰਕੇ ਇੱਥੇ ਬੈਠੇ ਅਸੀਂ, ਮੇਰਾ ਫਰਜ਼ ਵੀ ਹੈ ਬਤੌਰ MP ਇੱਥੇ ਬੈਠਣਾ, ਅਤੇ ਇਹਨਾਂ ਨੂੰ ਥੋੜ੍ਹਾ ਬਹੁਤਾ ਜਿੰਨਾ ਵੀ ਮੈਂ ਹੋ ਸਕਦਾ ਪਿਆਰ ਅਤੇ ਸੁੱਖ ਦੇ ਸਕਾਂ। ਮਾਨ ਸਾਹਿਬ, ਨਗਰ ਕੌਂਸਲ ਧਨੌਲਾ ਦੇ ਵਿੱਚ ਵੀ ਅਹਿਮੀਅਤ ਰੱਖਦੇ ਸੀ ਧਨੌਲਾ ਕਾਲਾ, ਅਤੇ ਕਿਵੇਂ ਦੇਖਦੇ ਹੈਗੇ ਹੋ? ਹਾਂ, ਬੜਾ ਮੌਜੂਦ ਆਦਮੀ ਸੀਗੀ, ਸਾਰਾ ਇਹਦੇ ਪਰਿਵਾਰ ਮੈਂਬਰ ਸੀਗੇ ਕੌਂਸਲ ਦੇ, ਅਤੇ ਬਹੁਤ ਅੱਛਾ ਸੀ। ਥੋੜ੍ਹੇ ਦਿਨ ਹੀ ਹੋਏ ਆ, ਮੈਂ ਬਲੱਡ ਕੈਂਪ ਇੱਥੇ ਲਾਇਆ ਸੀ, ਇਸੇ ਕੁਰਸੀ 'ਤੇ ਇਸੇ ਕਮਰੇ 'ਚ ਬੈਠਾ ਸੀਗਾ, ਇੱਥੇ ਕਾਲਾ ਬੈਠਾ ਸੀਗਾ ਅਤੇ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਸੀਗੀਆਂ, ਅਤੇ ਮੈਨੂੰ ਤਾਂ ਉਹਦਾ ਸੁਭਾਅ ਬਹੁਤ ਚੰਗਾ ਲੱਗਿਆ। ਕਿਉਂ ਕਰਕੇ ਉਹ ਕਹਿੰਦਾ ਹੁਣ ਮੈਂ ਜਿਹੜੇ ਨਸ਼ੇ ਹੈ ਇੱਧਰਲੇ ਪਾਸੇ ਵੀ ਮੈਂ ਚੱਲਣਾ ਕਿ ਇਹ ਛੁਡਾਏ ਜਾਣ। ਉਸਨੇ ਜੋ ਪੁਰਾਣਾ ਉਹਦੇ 'ਤੇ ਇਲਜ਼ਾਮ ਲੱਗਦਾ ਸੀ ਉਹਦੇ ਤੋਂ ਨਿੱਤਰ ਕੇ ਬਾਹਰ ਆ ਚੁੱਕਿਆ ਸੀ, ਅਤੇ ਹੁਣ ਕੋਈ ਲੋੜ ਨਹੀਂ ਸੀਗੀ ਕਿ ਉਹਨੂੰ ਝੂਠੇ ਮੁਕਾਬਲੇ ਦੇ ਵਿੱਚ ਚਿੱਤ ਕਰਨ ਦੀ। ਪਰਿਵਾਰ ਦੇ ਵੀ ਕਹਿਣਾ ਵੀ ਉਹਨੇ ਅੱਜ ਸਰੈਂਡਰ ਕਰਨਾ ਸੀ ਕੋਰਟ ਦੇ ਵਿੱਚ। ਮੈਂ ਦੱਸਿਆ ਤਾਂ ਹੈ ਕਿ ਇਹ ਜਦੋਂ ਪੁਲਿਸ ਦਾ ਘੇਰਾ ਪੈ ਗਿਆ ਉਸਨੇ ਹੱਥ ਉੱਤੇ ਕੀਤੇ ਹੈ ਅਤੇ ਸਰੈਂਡਰ ਦੇ, ਪਰ ਪੁਲਿਸ ਨੇ ਬਾਵਜੂਦ ਉਸ ਨੂੰ ਮਾਰਤਾ। ਮੈਨੂੰ ਇਹ ਵੀ ਪਤਾ ਲੱਗਿਆ 3-4 ਦਿਨ ਪਹਿਲਾਂ ਮੇਰੇ ਕੋਲ ਆਉਣਾ ਚਾਹੁੰਦਾ ਸੀਗਾ ਕਿ ਮੈਂ ਉਸ ਨੂੰ ਇਹ ਕਾਨੂੰਨ ਦੇ ਹਵਾਲੇ ਪੇਸ਼ ਕਰਾਂ ਜਿਹਦੇ ਨਾਲ ਉਹਦੀ ਜਾਨ ਨਾ ਜਾ ਸਕੇ। ਉਹ ਕਾਨੂੰਨ ਤੋਂ ਭਗੌੜਾ ਨਹੀਂ ਸੀ, ਜੇ ਉਹ ਕਹਿ ਰਿਹਾ ਸੀਗਾ ਕਿ ਮੈਂ ਸਿਮਰਨਜੀਤ ਸਿੰਘ ਮਾਨ ਕੋਲ ਜਾਣਾ ਹੈ ਅਤੇ ਮੈਂ ਕਾਨੂੰਨ ਦੇ ਪੇਸ਼ ਹੋਣਾ, ਸੋ ਭਗੌੜਾ ਵੀ ਹੈ ਨਹੀਂ ਸੀਗਾ। ਮਾਨ ਸਾਹਿਬ, ਜਿਹੜਾ ਸੇਫ ਇਨਕਾਊਂਟਰ ਤੁਸੀਂ ਕਿਹਾ ਹੈਗਾ, ਅੱਗੇ ਵੀ ਜਿਹੜੇ ਨੌਜਵਾਨਾਂ 'ਤੇ ਸੇਫ ਇਨਕਾਊਂਟਰ ਕੀਤੇ ਜਾ ਸਕਦੇ ਆ ਕਿਵੇਂ ਪੰਜਾਬ ਦੇ ਵਿੱਚ? ਇਹ ਤਾਂ ਜੀ, ਇਹ ਜੇ ਆਪਾਂ ਤਕੜੇ ਹੋਵਾਂਗੇ, ਹੁਣ ਆਪਾਂ ਵੋਟ ਹੀ ਉਹਨਾਂ ਪਾਰਟੀਆਂ ਨੂੰ ਪਾਉਂਦੀਆਂ ਜਿਹੜੇ ਇਹ ਫੇਕ ਇਨਕਾਊਂਟਰਸ ਦੇ ਵਿੱਚ ਆਪਣਾ ਰੱਖਦੇ ਹੈ, ਅਤੇ ਕਿਸੇ ਨੇ ਤਾਂ ਨਹੀਂ ਸੀ ਕਿਹਾ ਕਿ ਆਮ ਪਾਰਟੀ ਝਾੜੂ ਨੂੰ ਵੋਟਾਂ ਪਾ ਦਿਓ। ਜਿਹੜੀ ਪਾਰਟੀ ਤੁਹਾਨੂੰ ਸਾਫ਼ ਪਤਾ ਸਾਰਿਆਂ ਨੂੰ ਜਿਹੜਾ ਇਹੋ ਜਿਹੇ ਕੰਮ ਦੇ ਵਿੱਚ ਨਹੀਂ ਆਉਂਦੀ, ਇਹਦੀ ਮੁਖਾਲਫਤ ਕਰਦੀ ਹੈ, ਅਤੇ ਅਸੀਂ ਕਾਨੂੰਨ ਇਹੋ ਜਿਹਾ ਚਾਹੁੰਦੇ ਹਾਂ ਕਿ ਹਰੇਕ ਦੀ ਸੁਣੀ ਜਾਵੇ ਅਤੇ ਹਰੇਕ ਨੂੰ ਇਨਸਾਫ ਮਿਲੇ ਅਤੇ ਇਹੋ ਜਿਹੇ ਗਲਤ ਕੰਮ ਬਿਲਕੁਲ ਨਾ ਕੀਤੇ ਜਾਣ। ਰਣਨੀਤੀ ਰਹੇਗੀ ਸ਼੍ਰੋਮਣੀ ਅਕਾਲੀ ਦਲ ਦੀ ਕਲਾਮਾਂ ਦੇ ਸੰਬੰਧੀ? ਰਣਨੀਤੀ ਕੀ ਰਹੂਗੀ ਜੀ ਪਰਿਵਾਰ ਦੇ ਨਾਲ ਤੁਸੀਂ ਜਿਹੜਾ? ਹੁਣ ਮੈਂ ਆਇਆ ਸਵੇਰ ਦਾ ਤਾਂ ਬੈਠਾ, ਆਹੀ ਰਣਨੀਤੀ ਹੈ, ਮੈਂ ਬੈਠਾ। ਜੇ ਮੇਰੀ ਲੋੜ ਹੈ ਮੈਨੂੰ ਦੱਸਣਗੇ ਕੁਛ ਅਤੇ ਮੈਂ ਅੱਗੇ ਵਧੂੰਗਾ। ਠੀਕ ਹੈ ਜੀ, ਹਾਂ।